यो व्हाट्सअप हो जी किमें की हाल चाल। रीसेंटली अपना भरा विक्की दिल दियां गल्लां शो दे विच गया सीगा, दिल दियां गल्लां विद सोनम बाजवा। उत्थे विक्की तो काफ़ी सारे सवाल पूछे गए करण औजले बारे, क्योंकि तुसीं जानदे हो काफ़ी लोगों वालों ये भी कहा जाता कि विक्की ते औजला हुण अड्डो अड्ड हो चुके हैं। इन्हां चों गल नहीं रही कि इन्होंने अनफॉलो करता एक दूजे नूं इंस्टाग्राम ते, ये वो है ना। देखते हैं विक्की बाई का की कहना है करण औजले बारे अज की डेट च। लैट्स गो, वीडियो करते हैं स्टार्ट। करण औजला नूं तुसीं किद्दां मिले, कित्थे मिले? वीरे नूं मिले सी जी, असीं सरी इकट्ठे होए सी 2014 जदों मैं गया सी ना। ओके, असीं उत्थे इक होटल दे बाहर साडी मुलाकात हुई सी। ਸਾਨੂੰ ਨਹੀਂ ਪਤਾ ਸੀ ਕਿ ਬਾਈ ਨੂੰ ਪਤਾ 2014 ਚ ਮੇ ਬੀ ਹਨਾ ਕਰਨ ਵਾਲਾ ਬਾਈ ਵੀ ਇੰਨਾ ਫੀਕ ਤੇ ਨਹੀਂ ਹੁੰਦਾ ਸੀਗਾ। ਉਦੋਂ ਮਿਲੇ ਸੀ ਨਾ ਜਦੋਂ ਕਰਨ ਵਾਲਾ ਬਾਈ ਵੀ ਸ਼ੁਰੂ ਕਰ ਰਿਹਾ ਸੀ ਗੇਮ। ਸੀ ਗਾਉਣੇ ਕੋ ਅਸੀਂ ਬਸ ਇਦਾਂ ਹੀ, ਬਾਈ ਕਹਿੰਦਾ ਯਾਰ ਮੈਂ ਗਾਣੇ ਲਿਖਦਾ। ਮੈਂ ਕਿਹਾ ਬਾਈ ਕੀ ਬਾਤ ਹੈ, ਮੈਂ ਹਾਰਮੋਨੀਅਮ ਚੱਕਿਆ ਸੀ ਉੱਤੇ ਬੈਠੇ, ਦੋਨੋਂ ਗਾਣੇ ਗਾਉਣਾ ਵਜਾਉਣਾ ਚੱਲ ਪਿਆ ਸਾਡਾ। ਇਦਾਂ ਹੀ ਸਾਡਾ ਪਿਆਰ ਬਣ ਗਿਆ ਬਸ। ਫਿਰ ਮੈਂ 15 ਚ ਵੀ ਗਿਆ, ਹਰੇਕ ਸਾਲ ਜਾਂਦਾ ਸੀ, ਬਾਈ ਨੇ ਆਉਣਾ। ਓਕੇ, ਕੁੜੀਆਂ ਮਾਰਨੀਆਂ ਬਾਈ ਨਾਲ, ਮੈਂ ਬਾਈ ਨੇ ਮੈਨੂੰ ਬਹੁਤ, ਅਸੀਂ ਬਹੁਤ ਚਿੱਲ ਕਰਾਇਆ ਬਾਈ ਨੇ ਉੱਤੇ। ਤੇ ਕਰਨ ਨੇ ਤੁਹਾਨੂੰ ਕਪਤਾਨ ਨਾਲ ਇੰਟਰੋਡਿਊਸ ਕੀਤਾ ਸੀ? ਹਾਂਜੀ, ਬਾਈ ਨੇ ਉਧਰੋਂ ਫੋਨ ਕੀਤਾ ਸੀ। ਓਕੇ, ਵਿੱਕੀ ਲਈ ਔਜਲੇ ਨੇ ਫੋਨ ਕੀਤਾ ਸੀਗਾ ਕਿ ਵਿੱਕੀ ਲਈ ਹਨਾ ਗਾਣੇ ਕਰੋ, ਤੇ ਫਿਰ ਹੀ ਕਪਤਾਨ ਅਰਗਿਆ ਨੇ ਗਾਣਾ ਲਿਖ ਕੇ ਦਿੱਤਾ ਸੀ, ਕਿਉਂਕਿ ਓਬਵੀਅਸਲੀ ਉਦੋਂ ਨਵਾਂ ਸੀਗਾ ਥੋੜ੍ਹਾ ਜਿਹਾ। ਬਾਕੀ ਔਜਲੇ ਬਾਈ ਨੇ ਤਾਂ ਇੱਕ ਦੋ ਗਾਣਾ ਲਿਖ ਕੇ ਦਿੱਤਾ ਹੀ ਹੋਇਆ ਸੀਗਾ ਵਿੱਕੀ ਨੂੰ। ਫਿਰ ਮੈਂ ਜਾ ਕੇ ਬਾਈ ਹੁਣਾਂ ਨੂੰ ਮਿਲਿਆ, ਪਹਿਲਾਂ ਤਾਂ ਬਾਈ ਹੁਣਾਂ ਨੇ ਫੋਨ ਹੀ ਚੱਕੇ ਦੋ ਤਿੰਨ ਵਾਰੀ। ਓਹੋ, ਅੱਛਾ। ਓਕੇ, ਵਟ ਕਰਨ ਔਜਲਾ ਡਿਡ ਫੋਰ ਵਿੱਕੀ। ਓਕੇ, ਇਦਾਂ ਲੋਕਾਂ ਨੇ ਲਾਰੇ ਬਹੁਤ, ਕੀ ਔਜਲੇ ਨੇ ਕੀ ਕੀਤਾ ਨਾ ਵਿੱਕੀ ਲਈ? ਲਾਰੇ ਬਹੁਤ ਲਾਇਆ, ਆਪਾਂ ਇਦਾਂ ਕਰਾਂਗੇ, ਆਪਾਂ ਇਦਾਂ ਕਰਾਂਗੇ, ਵੱਡੇ ਵੱਡੇ ਸੁਪਨੇ ਦਿਖਾਏ ਨੇ ਮੈਨੂੰ। ਓਕੇ, ਕਾਫੀ ਬੰਦੇ ਨੇ ਉਹਨਾਂ ਨੇ ਬਹੁਤ ਸੁਪਨੇ ਦਿਖਾਏ, ਆਪਾਂ ਵੀਰੇ ਆਪਾਂ ਇਦਾਂ ਕਰਾਂਗੇ ਇਦਾਂ ਕਰਾਂਗੇ, ਪਰ ਕੀਤਾ ਕਿਸੇ ਨੇ ਕੁਝ ਨਹੀਂ। ਕੋਈ ਨਹੀਂ ਕਰਦਾ, ਆਪ ਹੀ ਕਰਨਾ ਪੈਂਦਾ। ਬਾਈ ਨੇ ਕੀਤੀ ਸੀ, ਬਾਈ ਨੇ ਸਾਥ ਦਿੱਤਾ ਸੀ ਕਰਨ, ਬਾਈ ਨੇ ਮਾਈਂਡ ਗੇਮ। ਓਕੇ, ਮਾਈਂਡ ਗੇਮ ਗਾਣੇ ਵੀ ਲਿਖ ਕੇ ਦਿੱਤੇ ਸੀ ਉਹਨਾਂ ਨੇ ਮੈਨੂੰ। ਕਹਿੰਦਾ ਮੈਂ ਤਾਂ ਦਿਲ ਦੇ ਨਾਲ ਦਿਲ ਫਿਰਦਾ ਸੀ ਲਾਉਣ ਨੂੰ, ਤੂੰ ਤਾਂ ਦਿਲ ਤੇ ਦਿਮਾਗ ਲਾ ਗਈ। ਮੈਨੂੰ ਯਾਦ ਆ ਉਹ ਵੀਡੀਓ ਜਦੋਂ ਹਨਾ ਸਟੇਜ ਕਰਨ ਵਾਲੇ ਦਾ ਸ਼ੋਅ ਸੀ, ਵਿੱਕੀ ਨੂੰ ਆਂਦਾ ਆ ਮੁੰਡਾ ਆਪਣਾ ਕੀਬੋਰਡ ਵਾਲਾ, ਵਿੱਕੀ ਅੱਗੇ ਆ ਸਟੇਜ ਤੇ ਬੁਲਾ ਕੇ ਨਾ ਗਾਣਾ ਸੁਣਾ ਜਿਹੜਾ ਅਪਣਾ ਰਿਹਾ ਯਾਰ। ਉਸ ਔਜਲੇ ਨੇ ਇਹੋ ਜਿਹਾ ਕਹਿ ਕੇ ਹਨਾ ਇਹਨੂੰ ਫਰੰਟ ਸਟੇਜ 'ਤੇ ਕੀਤਾ, ਉਦੋਂ ਮੁੜ ਕੇ ਬੰਦਾ ਫਰੰਟ ਸਟੇਜ 'ਤੇ ਰਿਹਾ। ਕਦੇ ਵੀ ਬੈਕ ਸਟੇਜ ਨੂੰ ਮੈਂ ਹਾਰਮੋਨੀਅਮ ਵਜਾਉਂਦੇ, ਕੀਬੋਰਡ ਵਜਾਉਂਦੇ, ਕਦੇ ਵੀ ਬੈਕ ਸਟੇਜ ਨੂੰ ਮੈਂ ਕੀਬੋਰਡ ਵਜਾਉਂਦੇ ਉਦੋਂ ਬਾਅਦ 'ਚ ਨਹੀਂ ਦੇਖਿਆ ਯਾਰ। ਮਤਲਬ ਬੰਦੇ ਦੀ ਹਨਾ ਰੱਬ ਦੀ ਇੱਕ ਆਵਾਜ਼ ਹੀ ਹੁੰਦੀ ਆ, ਔਜਲੇ ਨੇ ਕਰੀ ਨੂੰ ਮੂਹਰੇ ਕਰਤਾ ਸਟੇਜ 'ਤੇ ਉਦੇ। ਉਹ ਦਿਨ ਜਾਂਦਾ ਅਤੇ ਅੱਜ ਦਾ ਦਿਨ ਆ ਗਿਆ ਕਿ ਇਹ ਬੰਦੇ ਨੂੰ ਮੈਂ ਫਰੰਟ ਪੇਜ 'ਤੇ ਹੀ ਦੇਖਦਾ। ਐਲਬਮ ਵੀ ਆਈ ਸੀ ਬਾਈ ਦੀ ਬੈਕ ਸਟੇਜ ਤੋਂ ਫਰੰਟ ਪੇਜ, ਵਧੀਆ ਰਹੇ ਉਹ, ਵਧੀਆ ਰਹੇ। ਓਕੇ, ਆ ਕੁਆਲਿਟੀ ਵਿੱਕੀ ਵਾਂਟ ਫਰੋਮ ਸਿੰਗਰਸ। ਓਕੇ, ਇੱਕ ਕੁਆਲਿਟੀ ਜਿਹੜੀ ਵਿੱਕੀ ਚਾਹੁੰਦਾ ਆ ਸਿੰਗਰਸ ਤੋਂ ਲੈਣੀ, ਸਵਾਲ ਪੁੱਛ ਦਿੰਦੇ ਆ। ਲੈਣਾ ਚਾਹੋਗੇ ਨਿੰਜਾ? ਕੋਈ ਕੁਆਲਿਟੀ ਨਹੀਂ ਲੈਣਾ ਹੁੰਦਾ। ਓਹੋ, ਗਰਮ ਹੋਇਆ ਫਿਰਦਾ ਕਿਆ ਵਾ ਤਾਂ ਕਹਿੰਦਾ ਨਿੰਜੇ ਤੋਂ ਵੀ ਕੋਈ ਕੁਆਲਿਟੀ ਨਹੀਂ ਲੈਣਾ ਚਾਹੁੰਦਾ, ਏ ਪੀ ਢਿੱਲੋਂ ਤੋਂ ਵੀ ਕੋਈ ਕੁਆਲਿਟੀ ਨਹੀਂ ਲੈਣਾ ਚਾਹੁੰਦਾ। ਕੁਆਲਿਟੀ ਨਹੀਂ ਲੈਣਾ ਹੁੰਦਾ ਏ ਪੀ ਢਿੱਲੋਂ? ਗੈਰੀ ਸੰਧੂ? ਕੁਝ ਵੀ ਨਹੀਂ। ਕਰਨ ਬਾਈ ਨੂੰ ਬਹੁਤ ਪਸੰਦ ਕਰਨ ਔਜਲੇ ਵੀਰੇ ਨੂੰ ਭੇਜਿਆ ਸੀ, ਉਹਨਾਂ ਨੇ ਉਸ ਟਾਈਮ ਇਕੱਠੇ ਸੀ ਤੇ ਉਹਨਾਂ ਨੂੰ ਬੜਾ ਪਸੰਦ ਸੀ ਗਾਣਾ। ਸੋ ਹਾਂਜੀ, ਇਹ ਸਾਰਾ ਇੰਟਰਵਿਊ ਵਧੀਆ ਘੈਂਟ ਚੱਲ ਰਿਹਾ ਸੀ, ਪਰ ਇੱਕ ਮੂਮੈਂਟ 'ਤੇ ਆ ਕੇ ਵਿੱਕੀ ਬਾਈ ਨੇ ਕਿਹਾ ਕਿ ਜਦੋਂ ਅਸੀਂ ਇਕੱਠੇ ਹੁੰਦੇ ਸੀ ਪਹਿਲਾਂ। ਇਹਦਾ ਮਤਲਬ ਕਿ ਪਹਿਲਾਂ ਇਹ ਦੋਨੇ ਇਕੱਠੇ ਹੁੰਦੇ ਸੀ, ਇਹ ਹਨਾ ਰਿਹਾਨ ਰੈਕਰਡ ਟੀਮ ਦਾ ਇੱਕ ਹਿੱਸਾ ਹੁੰਦਾ ਸੀਗਾ, ਹੁਣ ਵਿੱਕੀ ਬਾਈ ਰਿਹਾਨ ਰੈਕਰਡਸ ਟੀਮ ਦਾ ਹਿੱਸਾ ਨਹੀਂ ਗਿਆ। ਤੁਸੀਂ ਧਿਆਨ ਨਾਲ ਸੁਣੋ ਆ ਗੱਲ, ਮੈਨੂੰ ਤਾਂ ਇਹੀ ਲੱਗ ਰਿਹਾ ਕਿ ਵਿੱਕੀ ਬਾਈ ਅਤੇ ਕਰਨ ਔਜਲਾ ਹੁਣ ਇਕੱਠੇ ਨਹੀਂ ਰਹੇ। ਇੱਕ ਕਰਨ ਬਾਈ ਨੂੰ ਬਹੁਤ ਪਸੰਦ ਕਰਨ ਔਜਲੇ ਵੀਰੇ ਨੂੰ, ਉਹਨਾਂ ਨੂੰ ਮੈਂ ਭੇਜਿਆ ਸੀ, ਉਹਨਾਂ ਨੇ ਉਸ ਟਾਈਮ ਇਕੱਠੇ ਸੀ ਅਤੇ ਐਂਡ ਮੈਨੂੰ ਲੱਗਦਾ ਨਹੀਂ ਕੋਈ ਐਸਾ ਚਿੰਨਾ 'ਚ ਆਪਸ 'ਚ ਕੋਈ ਗੱਲਬਾਤ ਹੋਈ ਹੈ, ਕਿਉਂਕਿ ਯਾਰ ਓਬਵੀਅਸਲੀ ਕੋਈ ਵੀ ਸਿੰਗਰ ਆ, ਚਾਹੇ ਕੋਈ ਵੀ ਆ, ਚਾਹੇ ਕੋਈ ਵੀ ਮੈਂ ਇਨਸਾਨ ਆ, ਕੋਈ ਵੀ ਇਨਸਾਨ ਕਿਸੇ ਨੂੰ ਉਦੋਂ ਭੁੱਲੂਗਾ ਨਹੀਂ ਜੇ ਕਿਸੇ ਬੰਦੇ ਨੇ ਉਸ ਟਾਈਮ 'ਤੇ ਕਿਸੇ ਦਾ ਸਾਥ ਦਿੱਤਾ ਹੋਊਗਾ ਜਦੋਂ ਉਹ ਬੰਦਾ ਨਾ ਬੈਕ ਸਟੇਜ 'ਤੇ। ਯਾਰ ਕਦੇ ਤੁਸੀਂ ਕਿੰਨੇ ਕੀਬੋਰਡ ਪਲੇਅਰ ਇੱਥੇ ਕਿੰਨੇ ਸਾਜੀ ਆ, ਹੋਰ ਵੀ ਇੰਡਸਟਰੀ 'ਚ ਕਿੰਨੇ ਸਾਜੀ ਆ ਜਿਹੜੇ ਬਹੁਤ ਸੁਰੀਲਾ ਗਾਉਂਦੇ ਆ, ਬਟ ਕਿੰਨੇ ਕੁ ਫਰੰਟ ਸਟੇਜ 'ਤੇ ਆਏ ਆ, ਤੁਹਾਨੂੰ ਪਤਾ ਹੀ ਹੋਣਾ। ਫਰੰਟ ਸਟੇਜ 'ਤੇ ਆਉਂਦੇ ਆ ਅਤੇ ਮਾੜਾ ਮਾਈਕ ਚੈੱਕ ਹੈਲੋ ਕਹਿ ਕੇ ਪਿੱਛੇ ਚੱਲ ਜਾਂਦੇ ਆ, ਬਟ ਕਿਉਂਕਿ ਮੂਹਰਲੇ ਅੱਗੇ ਨਹੀਂ ਆਉਣ ਦਿੰਦੇ ਛੇਤੀ ਕਿਸੇ ਨੂੰ। ਔਜਲੇ ਬਾਈ ਨੇ ਹਨਾ ਐਪਰੀਸ਼ੀਏਟ ਕੀਤਾ ਉਸ ਟਾਈਮ 'ਤੇ, ਉਸ ਟਾਈਮ 'ਤੇ ਹੈਲਪ ਕੀਤੀ, ਖੁਦ ਗਾਣੇ ਵੀ ਲਿਖ ਕੇ ਦਿੱਤੇ। ਅੱਜ ਦੀ ਰੇਟ 'ਚ ਤੁਸੀਂ ਕਰਨ ਔਜਲੇ ਦੀ ਮਾਰਕੀਟ ਵੈਲਿਊ ਪਤਾ ਕਰਨ ਜਾਓਗੇ ਨਾ, ਕਰੋੜ 'ਚ ਪੈਂਦਾ ਕੰਮ ਕਿ ਕਰਨ ਔਜਲੇ ਤੁਸੀਂ ਗਾਣਾ ਲਿਖਾ ਕੇ ਗਾਉਣਾ ਨਾ, ਕਰੋੜਾਂ 'ਚ ਡੀਲ ਜਾਂਦੀ ਆ। ਮਤਲਬ ਕੋਈ ਛੋਟੀ ਮੋਟੀ ਗੱਲ ਨਹੀਂ, ਔਜਲੇ ਦਾ ਗਾਣਾ ਲੈ ਕੇ ਗਾਉਣਾ ਨਾ, ਤਾਂ ਤੁਸੀਂ ਦੇਖਿਆ ਹੋਊ ਔਜਲੇ ਦੇ ਗਾਣੇ ਬਹੁਤ ਘੱਟ ਸਿੰਗਰ ਲੈ ਕੇ ਗਾਉਂਦੇ ਆ। ਅਤੇ ਬਾਕੀ ਇਹ ਸੀਗੀ ਅੱਜ ਦੀ ਵੀਡੀਓ, ਮੈਨੂੰ ਓਨੈਸਟਲੀ ਨਹੀਂ ਲੱਗਦਾ ਕਿ ਇਹਨਾਂ 'ਚ ਕੋਈ ਕੰਟਰੋਵਰਸੀ ਹੋਈ ਆ। ਐਂਡ ਵਿੱਕੀ ਨੇ ਇਹ ਸਭ ਕੁਝ ਕਿਹਾ ਆ ਬਾਈ ਬਾਰੇ, ਐਂਡ ਕਿਸੇ ਬੰਦੇ ਬਾਰੇ ਕੋਈ ਬੰਦਾ ਉਦੋਂ ਹੀ ਕਹਿੰਦਾ ਜਦੋਂ ਕਿਸੇ ਬੰਦੇ ਦੀ ਲੈਗਸੀ ਹੁੰਦੀ ਹੈ। ਐਂਡ ਅੱਜ ਦੀ ਡੇਟ 'ਚ ਮੈਨੂੰ ਲੱਗਦਾ ਨਹੀਂ ਔਜਲੇ ਤੋਂ ਉੱਪਰ ਕੋਈ ਇੰਡਸਟਰੀ ਦੇ ਵਿੱਚ ਹੈਗਾ, ਉੱਤੇ ਦੇਖ ਉੱਤੇ ਕੌਣ, ਉੱਤੇ ਮੈਂ। ਬਾਕੀ ਮਿਲਦੇ ਹਾਂ ਆਪਾਂ ਨਵੀਂ ਵੀਡੀਓ ਵਿੱਚ, ਜਲਦੀ ਮਿਲਣਾ ਚਾਹੁੰਦੇ ਹੋ ਤਾਂ ਮੇਰੇ ਇੱਧਰ ਮੇਰਾ ਇੰਸਟਾਗ੍ਰਾਮ ਆ ਰਿਹਾ, ਇੰਸਟਾਗ੍ਰਾਮ 'ਤੇ ਮੈਨੂੰ ਫੋਲੋ ਕਰ ਸਕਦੇ ਹੋ, ਇੰਸਟਾਗ੍ਰਾਮ 'ਤੇ ਮਿਲ ਜਾਣਾ ਤੁਹਾਡੇ ਪੁਰਾਣੇ। ਮਿਲਦੇ ਹਾਂ।